ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਸਿੱਖ ਕੌਮ ਉਹ ਕੁਰਸੀਆਂ ਵਾਸਤੇ ਇੱਕ ਦੂਸਰੇ ਦੀਆਂ ਲੱਤਾਂ ਖਿਚਣ ਰਹੀ ਹੈ ਤੇ ਮੋਦੀ ਸਰਕਾਰ ਨੇ ਤਖਤ ਹਜ਼ੂਰ ਸਾਹਿਬ ਦੇ ਉੱਪਰ ਕਬਜ਼ਾ ਕਰ ਲਿਆ ਵਾ ਇੱਕ ਨਵਾਂ ਕਾਨੂੰਨ ਬਣਾ ਦਿੱਤਾ ਵਾ ਹੁਣ ਸਿੱਖ ਕੌਮ ਨੂੰ ਇਸ ਕਾਨੂੰਨ ਦੇ ਖਿਲਾਫ ਕੀ ਕਰਨਾ ਚਾਹੀਦਾ ਇਹ ਸਾਰਾ ਕੁਝ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਸੋ ਚੱਲ ਗਈ ਵੀਡੀਓ ਦੇਖਣੇ ਆ ਤੇ ਇਸ ਦੇ ਬਾਰੇ ਜਾਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਆਪਣੀਆਂ ਕੁਰਸੀਆਂ ਬਚਾਨ ਪਿੱਛੇ ਸਾਰੇ ਸਿੱਖ ਲੀਡਰ ਦਿਨ ਰਾਤ ਮਿਹਨਤ ਕਰਦੇ ਪਏ ਨੇ ਹੂੰ ਬਿਲਕੁਲ ਜਿੱਥੇ ਕੀ ਆਪਣੇ ਉਹ ਅਦਾਰਿਆਂ ਨੂੰ ਬਚਾਨ ਦੀ ਲੋੜ ਏ ਜਿਹੜੇ ਅਦਾਰਿਆਂ ਦੇ ਕਰਕੇ ਇਹ ਦਿੱਲੀ ਕਮੇਟੀ ਦੇ ਮੈਂਬਰ ਜਾਂ ਸ਼ਰੋਮਣੀ ਕਮੇਟੀ ਦੇ ਮੈਂਬਰ ਸੀਟਾਂ ਦੇ ਉੱਤੇ ਮੌਜੂਦ ਨੇ ਹੂੰ ਮਗਰ ਇਹਨਾਂ ਦੀ ਬਾਗਦੋੜ ਜਿਹੜੀ ਏ ਉਹ ਸਿਰਫ ਆਪਣੀਆਂ ਸੀਟਾਂ ਬਚਾਨ ਪਿੱਛੇ ਤੱਕ ਸੀਮਿਤ ਰਹੀ ਏ ਪਹਿਲੇ ਹੀ ਕਈ ਗੁਰੂਕਾਰ ਸਾਡੇ ਹੱਥੋਂ ਛੇਲ ਲਿੱਤੇ ਗਏ ਨੇ ਗੁਰੂ ਘਰ ਢਾਕੇ ਉੱਥੇ ਮੰਦਰਾਂ ਦੀ ਉਸਾਰੀ ਕਰ ਦਿੱਤੀ ਗਈ ਹੈ ਜਾਂ ਕਿਸੇ ਨਾ ਕਿਸੇ ਵਜ੍ਹਾ ਕਰਕੇ ਸਿੱਖ ਜਥੇਬੰਦੀਆਂ ਨੂੰ ਉੱਥੇ ਜਾਣਾ ਬੰਦ ਕਰ ਦਿੱਤਾ ਗਿਆ ਹਰਦਵਾਰ ਦੀ ਗਿਆਨ ਗੋਦੜੀ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਜ਼ਮੀਨ ਨੂੰ ਖਤਮ ਕਰ ਦਿੱਤਾ ਗਿਆ ਮਗਰ ਸਾਡੇ ਸਿੱਖ ਲੀਡਰ ਚੁੱਪੀ ਸਾਧ ਕੇ ਬੈਠੇ ਨੇ ਗਿਆਨ ਗੋਦੜੀ ਦੀ ਗੱਲ ਅੱਜ ਤੱਕ ਕਿਤੇ ਚੱਕਣ ਦੀ ਕੋਸ਼ਿਸ਼ ਨਹੀਂ ਕਰਦੇ ਪਏ ਇੱਕੋ ਸਖਸ਼ ਜਿਹੜਾ ਮੈਂ ਪਿਛਲੇ ਕਈ ਸਾਲਾਂ ਤੋਂ ਦੇਖਦਾ ਪਿਆ ਜਿਹੜਾ ਗਿਆਨ ਗੋਦੜੀ ਦੀ ਲੜਾਈ ਲੜਦਾ ਪਿਆ ਜਿੱਥੇ ਬੰਦੀਆਂ ਆਵਾਜ਼ ਚੁੱਕਦੀਆਂ ਲੇਕਿਨ ਕਿਸੇ ਨਾ ਕਿਸੇ ਵਜ੍ਹਾ ਕਰਕੇ ਉਹਨਾਂ ਦੀ ਆਵਾਜ਼ ਦਬਾ ਦਿੱਤੀ ਜਾਂਦੀਆਂ ਨੇ ਜਿਆਦਾ ਸਿਰਫ ਸੋਸ਼ਲ ਮੀਡੀਆ ਤੱਕ ਸੀਮਿਤ ਰਹਿ ਜਾਂਦੀਆਂ ਨੇ ਉੱਥੇ ਗਰਾਊਂਡ ਲੈਵਲ ਤੱਕ ਪਹੁੰਚਣ ਤੋਂ ਕੁਰੇਜ ਕਰਦੀਆਂ ਨੇ ਐਸੇ ਹਾਲਾਤਾਂ ਦੇ ਕਰਕੇ ਜਿਹੜੇ ਸਾਡੇ ਸਿੱਖਾਂ ਦੀ ਖਾਸ ਗੱਲ ਏ ਕਿ ਆਪਣੀਆਂ ਲੱਤਾਂ ਖਿੱਚੀ ਜਾਂਦੇ ਨੇ ਇੱਕ ਦੂਜੇ ਦੀਆਂ ਮਗਰ ਆਪਣੇ ਆਧਾਰਿਆਂ ਨੂੰ ਬਚਾਉਣ ਵਾਸਤੇ ਇਹਨਾਂ ਦਾ ਧਿਆਨ ਉਧਰ ਦੀ ਤਰਫ ਬਿਲਕੁਲ ਨਹੀਂ ਜਾਂਦਾ ਪਿਆ ਜਿਸ ਦੀ ਵਜ੍ਹਾ ਕਰਕੇ ਅੱਜ ਮਹਾਰਾਸ਼ਟra ਸਰਕਾਰ ਨੇ ਤਖਤ ਸ੍ਰੀ ਹਜੂਰ ਸਾਹਿਬ ਨੂੰ ਇੱਕ ਕਿਸਮ ਦਾ ਆਪਣੇ ਕਬਜ਼ੇ ਵਿੱਚ ਲੈਣ ਦਾ ਜਾਲ ਵਿਛਾ ਦਿੱਤਾ ਇਹ ਪਹਿਲੀ ਸ਼ੁਰੂਆਤ ਹੋਈ ਏ ਕਿ ਪਹਿਲੀ ਸਟੇਟ ਦੇ ਵਿੱਚ ਪਹਿਲੀ ਸ਼ੁਰੂਆਤ ਹੋਈ ਏ ਕਿ 1956 ਦਾ ਐਕਟ ਰੱਦ ਕਰਕੇ 2024 ਦਾ ਨਵਾਂ ਐਕਟ ਲਾਗੂ ਕਰ ਦਿੱਤਾ ਗਿਆ ਅਪਚਲ ਨਗਰ ਸ੍ਰੀ ਹਜੂਰ ਸਾਹਿਬ ਦੇ ਵਿੱਚ ਸਿੱਖਾਂ ਦੇ ਸਰਵੋੱਚ ਪੰਜ ਤਖਤਾਂ ਵਿੱਚੋਂ ਇੱਕ ਤਖਤ ਸ੍ਰੀ ਹਜੂਰ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਛੋਹ ਧਰਤੀ ਤੇ ਜਿੱਥੇ ਉਹਨਾਂ ਨੇ ਆਖਰੀ ਸਮਾਪਨਾ ਉਸ ਧਰਤੀ ਤੇ ਬਤਾਇਆ ਉਹ ਸਿੱਖਾਂ ਦੀ ਇੱਕ ਕਿਸਮ ਦੀ ਦਿਲ ਦੀ ਧੜਕਣ ਉਸ ਧਰਤੀ ਨੂੰ ਮਹਾਰਾਸ਼ਟra ਸਰਕਾਰ ਨੇ ਆਪਣੇ ਕਬਜ਼ੇ ਵਿੱਚ ਲੈਣ ਵਾਸਤੇ ਜਾਲ ਵਿਛਾ ਦਿੱਤਾ ਵੇ ਜਿੱਥੇ ਤੱਕ ਕਿ ਮੈਂ ਸਮਝਦਾ ਕਿ ਆਪਣੀਆਂ ਸੀਟਾਂ ਬਚਾਣ ਦੀ ਬਜਾਏ ਸਾਰਿਆਂ ਸਿੱਖਾਂ ਨੂੰ ਚਾਹੇ ਦਿੱਲੀ ਕਮੇਟੀ ਹੋਵੇ ਚਾਹੇ ਸ਼ਰਮਣੀ ਕਮੇਟੀ ਹੋਵੇ ਜਿੱਥੇ ਗੱਲ ਆਵੇ ਗੁਰੂ ਘਰ ਦੀ ਜਿੱਥੇ ਆਵੇ ਆਪਣੇ ਤਖਤ ਸ੍ਰੀ ਹਜੂਰ ਸਾਹਿਬ ਦੀ ਜਿੱਥੇ ਆਵੇ ਗੱਲ ਆਪਣੇ ਪੰਥ ਦੀ ਉੱਥੇ ਇਹ ਸਾਰੇ ਲੋਕਾਂ ਨੂੰ ਸਾਰੇ ਪੰਥਦਰਦੀਆਂ ਨੂੰ ਸਾਰੇ ਲੀਡਰਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰ ਦੇਣੀ ਚਾਹੀਦੀ ਏ ਕਿ ਅੱਜ ਮਹਾਰਾਸ਼ਟਰ ਦੀ ਸਰਕਾਰ ਨੇ ਅਗਰ ਕਦਮ ਚੁੱਕਿਆ ਤੇ ਕੱਲ ਨੂੰ ਕੋਈ ਹੋਰ ਸਰਕਾਰ ਵੀ ਕਦਮ ਚੁੱਕ ਕੇ ਉਹ ਐਕਟ ਲਾਗੂ ਕਰ ਸਕਦੀ ਏ ਤੇ ਸਿੱਖਾਂ ਦਾ ਬਣਿਆ ਐਕਟ ਰੱਦ ਕਰ ਸਕਦੀ। ਬਿਲਕੁਲ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਮਹਾਰਾਸ਼ਟਰ ਸਰਕਾਰ ਨੇ ਜਿਹੜਾ 2024 ਦਾ ਐਕਟ ਲਾਗੂ ਕੀਤਾ ਉਹਦੇ ਵਿੱਚ ਸਿਰਫ 2 ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਿੱਤੇ ਜਾਣਗੇ ਜਿਹੜੇ موجوده ਮੌਜੂਦਾ ਮੈਂਬਰ ਹੋਣਗੇ ਉਹ ਮੈਂਬਰਾਂ ਨੂੰ ਉਹਦੇ ਵਿੱਚ ਲਿੱਤਾ ਜਾਏਗਾ 17 ਮੈਂਬਰੀ ਕਮੇਟੀ ਬਣਾਈ ਜਾ ਰਹੀ ਹੈ ਜਿਹਦੇ ਵਿੱਚ ਬਾਕੀ ਮੈਂਬਰ ਮਹਾਰਾਸ਼ਟਰ ਸਰਕਾਰ ਦੇ ਹੋਣਗੇ ਕਬਜ਼ਾ ਉਹਨਾਂ ਮਹਾਰਾਸ਼ਟਰ ਸਰਕਾਰ ਦੀ ਮਰਜ਼ੀ ਹੈ ਕਿ ਉਹ ਸਿੱਖਾਂ ਨੂੰ ਸ਼ਾਮਲ ਕਰਦੀ ਹੈ ਜਾਂ ਆਪਣੇ ਸਰਕਾਰੀ ਘੋਨੇ-ਮੋਨਿਆਂ ਨੂੰ ਸ਼ਾਮਲ ਕਰਦੀ ਹੈ ਮਤਲਬ ਕਿ ਜਿੱਥੇ ਕਿ ਸਿੱਖਾਂ ਦੇ ਸਰਵੋੱਚ ਸਥਾਨਾਂ ਦੀ ਗੱਲ ਆਉਂਦੀ ਏ ਮੈਂ ਸਮਝਦਾ ਚਾਹੇ ਉਹ ਸਰਵੋੱਚ ਸਥਾਨ ਹੋਣ ਚਾਹੇ ਇੱਕ ਲੋਕਲ ਇਲਾਕੇ ਦੀ ਸਿੰਘ ਸਭਾ ਹੋਵੇ ਮਗਰ ਪ੍ਰਬੰਧਕ ਉਹੀ ਹੋਣੇ ਚਾਹੀਦੇ ਨੇ ਜਿਨ੍ਹਾਂ ਨੂੰ ਉਸ ਧਰਮ ਦਾ ਗਿਆਨ ਹੋਵੇ ਪਰਫੈਕਟ ਗੱਲ ਕੀਤੀ ਜੇ ਮਸਜਿਦ ਦੇ ਵਿੱਚ ਇਮਾਮ ਜਿਹੜਾ ਹੁੰਦਾ ਉਹ ਮੁਸਲਿਮ ਧਰਮ ਤੋਂ ਸੰਪਰਕ ਰੱਖਦਾ ਆਪਣੇ ਧਰਮ ਦਾ ਗਿਆਨ ਰੱਖਦਾ ਇਸ ਕਰਕੇ ਮੁਸਲਿਮ ਬੰਦੇ ਨੂੰ ਉੱਥੇ ਦਾ ਇਮਾਮ ਬਣਾਇਆ ਜਾਂਦਾ ਹੈ ਬਿਲਕੁਲ ਬਿਲਕੁਲ ਇਸੇ ਤਰ੍ਹਾਂ ਸਿੱਖ ਧਰਮ ਦੇ ਵਿੱਚ ਜਿਹੜੇ ਗੁਰੂ ਘਰ ਨੇ ਸਿੱਖਾਂ ਦੀ ਵਿਰਾਸਤ ਨੇ ਉਸ ਵਿਰਾਸਤ ਨੂੰ ਦੇਖਭਾਲ ਕਰਨ ਵਾਸਤੇ ਉਸ ਵਿਰਾਸਤ ਨੂੰ ਸੰਭਾਲਣ ਵਾਸਤੇ ਖਾਸ ਕਰਕੇ ਸਾਬਤ ਸੂਰਤ ਸਿੱਖਾਂ ਦਾ ਹੋਣਾ ਬਹੁਤ ਲਾਜ਼ਮੀ ਬਣਦਾ ਬਿਲਕੁਲ ਬਿਲਕੁਲ ਮਗਰ ਨਹੀਂ ਸਾਡੀਆਂ ਕਮੇਟੀਆਂ ਸਾਡੇ ਪੰਥਕ ਲੀਡਰ ਸਿਰਫ ਆਪਣੀ ਕੁਰਸੀਆਂ ਪਚਾਮ ਪਿੱਛੇ ਦੌੜਦੇ ਪਏ ਨੇ ਉਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਕਿ ਸਿੰਘ ਸੁਭਾਵਾਂ ਦੇ ਜਿਹੜੇ ਮੈਂਬਰ ਨੇ ਉਹ ਭਾਵੇਂ ਕੋਨੇ ਮੋਨੇ ਹੋਣ ਭਾਵੇਂ ਦਾੜ੍ਹੀਆਂ ਰੰਗਦੇ ਹੋਣ ਉਹਨਾਂ ਨੂੰ ਕੋਈ ਮਤਲਬ ਨਹੀਂ ਉਹਨਾਂ ਨੂੰ ਸਿਰਫ ਇੱਥੇ ਤੱਕ ਮਤਲਬ ਰਹਿ ਗਿਆ ਕਿ ਸਾਡੀ VOTING ਕਾਇਮ ਰਹਿਣੀ ਚਾਹੀਦੀ ਏ ਸਾਡੀ ਗੈਦਰਿੰਗ ਵੱਧ ਤੋਂ ਵੱਧ ਹੋਣੀ ਚਾਹੀਦੀ ਏ ਪਤਾ ਲੱਗਣਾ ਚਾਹੀਦਾ ਹੈ ਕਿ ਕਿਹੜੇ ਸਿੱਖ ਲੀਡਰ ਦੇ ਨਾਲ ਕਿੰਨੇ ਸਿੱਖ ਪੱਗਾਂ ਫਸਾ ਕੇ ਨਾਲ ਖਲੋਤੇ ਨੇ ਮੈਂ ਸੰਗਤ ਨੂੰ ਬੇਨਤੀ ਕਰਨਾ ਚਾਹਾਂਗਾ ਜਾਗਰੂਕ ਕਰਨ ਵਾਸਤੇ ਅਸੀਂ ਵੀਡੀਓ ਬਣਾਉਨੇ ਆਂ ਇਰੇ ਵਾਸਤੇ ਵੀ ਮਿਹਨਤ ਲੱਗਦੀ ਏ ਵੀਡੀਓ ਕੋਈ ਐਵੇਂ ਹਵਾ ਚ ਨਹੀਂ ਬਣ ਜਾਂਦੀ ਬਿਲਕੁਲ ਮਗਰ ਸਾਡੀ ਵੀਡੀਓ ਬਣਾਈ ਸਫਲੀ ਤਾਂ ਹੀ ਏ ਜੇ ਘਰ ਘਰ ਪਹੁੰਚੇ ਸੰਗਤ ਤੱਕ ਪਹੁੰਚੇ ਤੇ ਸੰਗਤ ਜਾਗਰੂਕ ਹੋਵੇ ਪਤਾ ਲੱਗੇ ਕਿ ਸਾਡੀ ਕੌਮ ਦੇ ਨਾਲ ਕਿਸ ਤਰੀਕੇ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਏ ਸਾਡੇ ਪੰਥਕ ਲੀਡਰ ਆਪਣੀਆਂ ਸੀਟਾਂ ਸੰਭਾਲਣ ਵਾਸਤੇ ਇੱਕ ਦੂਜੇ ਦੀਆਂ ਲੱਤਾਂ ਖਿੱਚਣ 'ਚ ਮਸ਼ਰੂਫ ਹਨ ਮੈਂ ਸੰਗਤ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਸੰਗਤ ਦੀ ਵਿਰਾਸਤ ਗੁਰਦੁਆਰਾ ਸ਼੍ਰੀ ਤਖਤ ਹਜੂਰ ਸਾਹਿਬ ਅਬਚਨ ਨਗਰ ਇਸ ਵਕਤ ਸਰਕਾਰ ਦੇ ਜਾਲ ਦੇ ਵਿੱਚ ਫਸਣ ਦੇ ਪੂਰੀ ਤਿਆਰੀ ਕਰ ਦਿੱਤੀ ਗਈ ਹੈ ਜੇ ਹਾਲੇ ਵੀ ਸਿੱਖ ਕੌਮ ਇੱਕ ਨਹੀਂ ਹੁੰਦੀ ਸਾਡੇ ਪੰਥਕ ਲੀਡਰ ਇੱਕ ਨਹੀਂ ਹੁੰਦੇ ਮਿਲ ਕੇ ਆਵਾਜ਼ ਨਹੀਂ ਚੁੱਕਦੇ ਤੇ ਉਹ ਦਿਨ ਦੂਰ ਨਹੀਂ ਅਜ ਤੱਕ ਤਖਤ ਸ਼੍ਰੀ ਹਜੂਰ ਸਾਹਿਬ ਦੇ ਵਿੱਚ 17 ਮੈਂਬਰੀ ਕਮੇਟੀ ਬਣੀ ਹੈ ਜਿਹਦੇ ਵਿੱਚ ਦੋ ਮੈਂਬਰ ਸਿਰਫ ਸ਼ਰੋਮਣੀ ਕਮੇਟੀ ਦੇ ਬਾਕੀ ਸਾਰੇ ਮੈਂਬਰ ਮਹਾਰਾਸ਼ਟra ਸਰਕਾਰ ਦੇ ਹੋਣਗੇ ਮੈਂ ਸੰਗਤ ਨੂੰ ਅਪੀਲ ਕਰਨਾ ਜਿਹੜਾ ਵੀ ਜੜੀ ਪਾਰਟੀ ਨੂੰ ਵੀ ਸਮਰਪਿਤ ਹੈ ਅਸੀਂ ਕਿਸੇ ਪਾਰਟੀ ਦੇ ਖਿਲਾਫ ਨਹੀਂ ਲੇਕਿਨ ਮੈਂ ਉਹ ਸਿੱਖ ਵੀਰਾਂ ਨੂੰ ਅਪੀਲ ਜ਼ਰੂਰ ਕਰਨਾ ਚਾਹਾਂਗਾ ਜਿਹੜੇ ਸਿੱਖ ਵੀਰ ਇਸ ਵਕਤ ਜਿਹੜੀ ਪਾਰਟੀ ਸੱਤਾ ਵਿੱਚ ਹੈ ਉਹਦੇ ਵਿੱਚ ਵੀ ਅਗਰ ਹੈਗੇ ਨੇ ਇਸ ਹੱਕ ਦੀ ਆਵਾਜ਼ ਸਾਡੇ ਨਾਲ ਮਿਲ ਕੇ ਚੱਕਣ ਕਿ ਜਿਹੜੀ ਮਹਾਰਾਸ਼ਟra ਸਰਕਾਰ ਨੇ 1956 ਦਾ ਐਕਟ ਰੱਦ ਕੀਤਾ ਉਹ ਦੁਬਾਰਾ ਤੋਂ ਲਾਗੂ ਕਰਾਉਣ ਵਿੱਚ ਸਾਡਾ ਸਹਿਯੋਗ ਕਰਨ ਇਤਨੇ ਕਿ ਬੇਨਤੀ ਪ੍ਰਮਾਨ ਕਰਨੀ ਇਸ ਜਾਣਕਾਰੀ ਨੂੰ ਘਰ ਘਰ ਹਰ ਸਿੰਘ ਦੇ ਕੋਲ ਜਰੂਰ ਪੰਚਾਂ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਰੋਧ ਸਿੱਖਾਂ ਦੇ ਪੰਜ ਅਕਾਲ ਤਖਤ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਸ੍ਰੀ ਅਕਾਲ ਤਖਤ ਦੇ ਉੱਪਰ ਅੱਜ ਕਹਿ ਰਹੇ ਕਿ ਗਵਰਨਮੈਂਟ ਨੇ ਇੱਕ ਨਵਾਂ ਕਾਨੂੰਨ ਬਣਾ ਕੇ ਇੱਕ ਤਰ੍ਹਾਂ ਦਾ ਕਬਜ਼ਾ ਕਰ ਲਿਆ ਜਦੋਂ 17 ਮੈਂਬਰਾਂ ਚੋਂ ਦੋ ਮੈਂਬਰ ਸਿਰਫ ਸਿੱਖ ਹੋਣਗੇ ਤੇ ਫਿਰ ਕਬਜ਼ਾ ਹੀ ਹੋ ਗਿਆ ਨਾ ਦੋ ਮੈਂਬਰ ਕੀ ਕਰ ਲੈਣਗੇ ਉਹ ਕੁਝ ਵੀ ਨਹੀਂ ਕਰ ਸਕਦੇ ਵੀਰੋ ਕਿਸੇ ਵੀ ਜਗ੍ਹਾ ਤੇ ਜਿਹੜੀ ਯੂਨਿਟੀ ਹੈ ਪਾਵਰ ਹੈ ਉਹ ਹਮੇਸ਼ਾ ਇਕੱਠੇ ਹੋਣ ਦੇ ਵਿੱਚ ਹੁੰਦੀ ਹੈ ਇਕੱਲੇ ਵਿੱਚ ਕਦੀ ਪਾਵਰ ਨਹੀਂ ਹੁੰਦੀ ਸਿੱਖ ਕਿਉਂ ਮਜ਼ਬੂਤ ਹੈਗੇ ਹਾਲਾਂਕਿ 2% ਹੈ ਕਿਉਂਕਿ ਉਹਨਾਂ ਵਿੱਚ ਆਪਸ ਵਿੱਚ ਇਤਿਹਾਦ ਹੈਗਾ ਸੀ ਤੇ ਮੁਸਲਮਾਨ 18 ਤੋਂ 20% ਇੰਡੀਆ ਵਿੱਚ ਲੇਕਿਨ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ ਜਾਂਦੀ ਕਿਉਂਕਿ ਉਹ ਪਾਟੇ ਹੈ ਉਹਨਾਂ ਦੇ ਵਿੱਚ ਆਪਸ ਵਿੱਚ ਇਤفاق سلوਕ ਨਹੀਂ ਹੈ ਲੇਕਿਨ ਸਿੱਖਾਂ ਨੂੰ ਵੀ ਚਾਹੀਦਾ ਵੈ ਕਿ ਜਿਹੜੀਆਂ ਹੁਣ ਢੜੇ ਬੰਦੀਆਂ ਬਣ ਗਈਆਂ ਵੈ ਹਰ ਬੰਦਾ ਆਪਣੀ ਸੀਟ ਵਜਾਉਣ ਵਾਸਤੇ ਕੰਮ ਕਰਨ ਰਿਹਾ ਵੈ ਕਿ ਮੇਰੀ ਸੀਟ ਵੱਜ ਜਾਵੇ ਮੇਰੀ ਵਾਵਾ ਹੋ ਜਾਵੇ ਬਸ ਇਸ ਤਰ੍ਹਾਂ ਇਹ ਕੰਮ ਨਹੀਂ ਚੱਲਣਾ ਇਸ ਤਰ੍ਹਾਂ ਤੇ ਫਿਰ ਤੁਸੀਂ ਖੁਦ ਹੀ ਸੁਣ ਲੈਣਾ ਵੈ ਕੋ ਕਹਿ ਰਿਹਾ ਕਿ ਅੱਜ ਸਾਡਾ ਇੱਕ ਅਕਾਲ ਪੁਰਖ ਦੇ ਉੱਤੇ ਹੋਇਆ ਵੈ ਕੱਲ ਨੂੰ ਬਾਕੀਆਂ ਦੇ ਵੀ ਹੋ ਜਾਏਗਾ ਫਿਰ ਸਾਡੇ ਜਿਹੜੇ ਗੁਰਦੁਆਰੇ ਆ ਉਹਨਾਂ ਦੀ ਵਾਰੀ ਆ ਜਾਏਗੀ ਵੀਰੋ ਜਿਸ ਦਿਨ ਰਾ ਮੰਦਰ ਬਣਿਆ ਸੀ ਉਸ ਦਿਨ ਹੀ ਇਹ ਵੀ ਗੱਲ ਖੜਕਨ ਲੱਪੀ ਸੀ ਖਤਰਾ ਸ਼ੁਰੂ ਹੋ ਗਿਆ ਸੀ ਕਿ ਅੱਜ ਅਗਰ ਮੁਸਲਮਾਨਾਂ ਦੀ ਮਸਜਿਦ ਦੇ ਉੱਤੇ ਇਹ ਹਮਲਾ ਹੋਇਆ ਵੈ ਤੇ ਕੱਲ ਨੂੰ ਸਿੱਖਾਂ ਦੀ ਵਾਰੀ ਵੀ ਆ ਸਕਦੀ ਹੈ ਤੇ ਵੀਰੋ ਦੇਖ ਲਓ ਉਹ ਗੱਲ ਸੱਚ ਸਾਬਤ ਹੋ ਗਈ ਜਦੋਂ ਮੈਂ ਇੱਥੇ ਗੱਲ ਕੀਤੀ ਸੀ ਤੇ ਕਈ ਸੇ ਕੈਂਡੀਸ ਕਿ ਮੈਂ ਭੜਕਾਉ ਗੱਲਾਂ ਕਰਨ ਆ ਮਾਹੌਲ ਖਰਾਬ ਕਰਨ ਆ ਲੇਕਿਨ ਦੇਖੋ ਹੁਣ ਸਿੱਖਾਂ ਦੇ ਵਿਦਵਾਨ ਹੀ ਉਹ ਗੱਲਾਂ ਕਰਨ ਰਿਹਾ ਹੁਣ ਤੁਹਾਡੇ ਸਾਹਮਣੇ ਆ ਗਿਆ ਉਸ ਰਾਤ ਕਿ ਕਿਸ ਤਰ੍ਹਾਂ ਸਿੱਖਾਂ ਸਿੱਖਾਂ ਨੂੰ ਦੇਖੋ ਇੱਕ ਜਗ੍ਹਾ ਤੇ ਉੱਤੇ ਅਗਰ ਮੁਸਲਮਾਨ ਹੈ ਤਾਂ ਮਸਜਿਦ ਦਾ ਕੀ ਆਦਾਬ ਹੈ ਮਸਜਿਦ ਦੇ ਵਿੱਚ ਕੀ ਕਾਨੂੰਨ ਹੋਣ ਚਾਹੀਦੇ ਮਸਜਿਦ ਦੇ ਵਿੱਚ ਕਿਸ ਤਰ੍ਹਾਂ ਦੇ ਅਸੀਂ ਇਸਲਾਮ ਨੂੰ ਨਾਫਜ਼ ਕਰਨਾ ਇੱਕ ਮੁਸਲਮਾਨ ਮੌਲਵੀ ਦੱਸ ਸਕਦਾ ਹੈ ਜਿਹੜਾ ਦੂਸਰੇ ਮਤਦਾਨ ਨੂੰ ਨਹੀਂ ਪਤਾ ਤੇ ਗੁਰਦੁਆਰੇ ਦੇ ਅੰਦਰ ਕੀ ਮਰਿਆਦਾ ਹੈ ਕੀ ਕੁਝ ਹੋਣਾ ਚਾਹੀਦਾ ਆਵਾਮ ਵਾਸਤੇ ਕੀ ਸਹੂਲਤਾਂ ਹੋਣ ਚਾਹੀਦੀਆਂ ਇਹ ਸਿੱਖ ਹੀ ਤੇ ਕਰ ਸਕਦੇ ਦੂਸਰੇ ਮਤਦਾਨਾ ਮੁਸਲਮਾਨ ਨਾ ਹਿੰਦੂ ਉਹਨਾਂ ਨੂੰ ਇਸ ਦੇ ਬਾਰੇ ਪਤਾ ਹੀ ਨਹੀਂ ਹੈ ਤੇ ਨਾ ਹੀ ਉਹ ਕੋਈ ਇੱਥੇ ਬਤਰੀ ਲਾ ਸਕਦੇ ਹੈ ਤੇ ਇਸ ਕਰਕੇ ਇਹ ਜਿਹੜਾ ਕਾਨੂੰਨ ਹੈ ਇਹਦੀ ਬਿਲਕੁਲ ਲਾਗੂ ਨਹੀਂ ਹੋਣਾ ਚਾਹੀਦਾ ਇਹ ਸਿੱਖਾਂ ਦੇ ਕੋਲ ਹੀ ਜਿਹੜਾ ਵਾ ਇੰਤਜ਼ਾਮ ਇਹ ਰਹਿਣਾ ਚਾਹੀਦਾ ਹੈ ਵਿਰੋਧ ਤੁਹਾਡੀ ਇਸ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਨਾ ਆਪਣਾ ਢੇਸ ਜ਼ਰਾ ਖਿਆਲ ਰੱਖਣਾ ਦੋਸਤਾਂ ਯਾਦ ਰੱਖਣਾ ਅੱਲਾ ਹਾਫਿਜ਼